ਹਾਂਜੀ, ਕੀ ਹਾਲ ਚਾਲ ਜੀ ਸਾਰਿਆਂ ਦਾ? ਅੱਜ ਵਾਲੀ ਵੀਡੀਓ ਬਹੁਤ ਹੀ ਖਾਸ ਹੈ, ਸਾਰੀਆਂ ਵੀਡੀਓ ਤੋਂ ਖਾਸ ਹੈ ਜਿੰਨੀਆਂ ਵੀ ਆਪਣੀਆਂ ਪੁਰਾਣੀਆਂ ਵੀਡੀਓਜ਼ ਨੇ। ਅੱਜ ਇਹ ਗੱਲ ਕਰਨੀ ਸੀ ਕਿ ਆਪਾਂ YouTube ਚੈਨਲ ਕਿਉਂ ਬਣਾਇਆ, ਅਤੇ ਕਈ ਲੋਕਾਂ ਨੂੰ ਮੇਰਾ ਪਾਸਟ ਨਹੀਂ ਪਤਾ ਹੈਗਾ, ਕੁਝ ਲੋਕ ਤਾਂ ਮੈਨੂੰ ਜਾਣਦੇ ਨੇ, ਜਿਹੜੇ ਨਹੀਂ ਜਾਣਦੇ ਮੈਂ ਉਹਨਾਂ ਨੂੰ ਦੱਸਦਾ ਆਪਣੇ ਬਾਰੇ। ਕੁਝ ਲੋਕ ਮੈਨੂੰ ਅੱਜ ਪਹਿਲੀ ਵਾਰ ਵੀ ਦੇਖ ਰਹੇ ਹੋਣਗੇ ਸ਼ਾਇਦ ਮੇਰੀ ਵੀਡੀਓ, ਅਤੇ ਅੱਜ ਮੈਂ ਸਾਰਿਆਂ ਨੂੰ ਦੱਸਦਾ ਆਪਣੇ ਬਾਰੇ। ਉਹ ਸੋਚਦੇ ਹੋਣੇ ਸਾਰੇ ਕਿ ਮੈਂ YouTube ਚੈਨਲ ਹੈ ਜਿਹੜਾ, ਇਹ ਵਲੌਗਸ ਵਗੈਰਾ ਨੇ, ਇਹ ਆਪਾਂ ਤਾਂ ਬਣਾਉਣ ਲੱਗੇ ਹਾਂ, ਸ਼ਾਇਦ ਇਹ ਅੱਜ ਕੱਲ੍ਹ ਟਰੈਂਡ 'ਚ ਹੈ ਇਹ ਚੀਜ਼। ਸਾਰੇ ਸੋਚ ਰਹੇ ਨੇ ਹਾਂ ਵਿਹਲੇ ਹਾਂ, YouTube 'ਤੇ ਵਲੌਗ ਬਣਾ ਲਓ, ਪੈਸੇ ਆਉਂਦੇ ਨੇ, ਇੱਦਾਂ ਇੱਦਾਂ ਵੀ, ਤਾਂ ਕਰਕੇ ਸ਼ਾਇਦ ਮੈਂ ਵੀ ਉਹੀ ਭੇਡ ਚਾਲ ਦੇ ਪਿੱਛੇ ਸ਼ਾਇਦ ਹੋ ਗਿਆ। ਪਰ ਅਸਲ ਦੇ ਵਿੱਚ ਇੱਦਾਂ ਦੀ ਗੱਲ ਨਹੀਂ ਹੈਗੀ, ਮੈਂ ਗੱਲ ਕਰਦਾ ਅੱਜ ਤੋਂ 15 ਸਾਲ ਪਹਿਲਾਂ ਦੀ, ਹੋ ਸਕਦਾ 20 ਸਾਲ ਹੀ ਹੋਣ, 15 ਤੋਂ ਵੀ ਜ਼ਿਆਦਾ। ਉਦੋਂ ਪਹਿਲੀ ਵਾਰ ਮੈਂ ਕਿਸੇ ਦੇ ਫੋਰਨ ਤੋਂ ਕੈਮਰਾ ਮੰਗਾਇਆ ਸੀਗਾ, ਛੋਟਾ, ਫੋਟੋਆਂ ਖਿੱਚਣ ਵਾਲਾ, ਅਤੇ ਬੜਾ ਸ਼ੌਕ ਸੀਗਾ, ਫੋਟੋਆਂ ਖਿੱਚਦਾ ਸੀ ਮੈਂ। ਮੈਨੂੰ TV ਦੇ ਵਿੱਚ ਜਿੱਦਾਂ ਕੋਈ ਐਕਟਰ ਵਗੈਰਾ ਨੇ ਉਹਨਾਂ ਦੀ ਤਰ੍ਹਾਂ ਕਰਨਾ, ਉਹਨਾਂ ਨੂੰ ਦੇਖਣਾ, ਮੈਨੂੰ ਲੱਗਦਾ ਸੀਗਾ ਯਾਰ ਕਿੰਨਾ ਵਧੀਆ, ਮੈਂ ਵੀ ਕਦੇ ਮਤਲਬ ਇੱਦਾਂ ਕਰਾਂ, ਮੈਂ ਵੀ TV 'ਤੇ ਆਵਾਂ ਕਦੇ। 15 ਸਾਲ ਪਹਿਲਾਂ ਦੀਆਂ ਗੱਲਾਂ ਨੇ, ਅਤੇ ਮੈਂ ਕੈਮਰੇ ਵਗੈਰਾ ਦਾ ਮੈਨੂੰ ਇੰਨਾ ਇੰਟਰਸਟ ਵੱਧ ਗਿਆ, ਮੈਂ ਬਹੁਤ ਜ਼ਿਆਦਾ ਫੋਟੋਆਂ ਖਿੱਚਣੀਆਂ, ਵੀਡੀਓ ਦਾ ਉਦੋਂ ਚਲੋ ਇੰਨਾ ਨਹੀਂ ਹੁੰਦਾ ਸੀਗਾ, ਅਤੇ ਫਿਰ ਮੈਂ ਸੋਚਣਾ ਕਿ ਮੈਂ ਵੀ ਯਾਰ ਜਿਹੜਾ TV 'ਤੇ ਆਉਂਦੇ ਨੇ ਗਾਣੇ ਆਉਂਦੇ ਨੇ, ਮੈਂ ਵੀ ਯਾਰ ਉਹਨਾਂ ਵਾਂਗੂ, ਮੁੰਡਿਆਂ ਵਾਂਗੂ ਮੈਂ ਵੀ ਆਵਾਂ। ਅਤੇ ਚਲੋ ਮੈਂ ਇਹ 'ਚ ਇੰਟਰਸਟ ਲੈਣ ਲੱਗ ਗਿਆ, ਮੈਂ +2 ਕੀਤੀ। +2 ਤੋਂ ਬਾਅਦ ਹੀ ਮੈਨੇ ਜਿੱਥੇ ਹੋ ਸਕਿਆ, ਜਿੱਥੇ ਲਿੰਕ ਬਣਦਾ ਹੋਇਆ, ਕੁਛ ਵੀ ਬਣਦਾ ਹੋਇਆ, ਮੈਨੇ ਟਰਾਈ ਕੀਤਾ ਹੈ ਨਾ ਕਿ ਯਾਰ ਮੈਂ ਵੀ ਗਾਣੇ ਚਾਉਣਾ। ਅਤੇ ਉਦੋਂ ਨਹੀਂ, ਇੰਨਾ ਉਮਰ ਵੀ ਮੇਰੀ ਘੱਟ ਸੀਗੀ, ਮੈਨੂੰ ਨਹੀਂ ਪਤਾ ਸੀ ਇਹ ਚੀਜ਼ਾਂ ਬਾਰੇ, ਅਤੇ ਮੈਂ ਆਇਆ ਵੀ 1-2 ਸੌਂਗਸ ਦੇ ਵਿੱਚ ਥੋੜ੍ਹਾ ਥੋੜ੍ਹਾ। ਫਿਰ ਮੈਨੂੰ ਕਿਸੇ ਨੇ ਦੱਸਿਆ ਕਿ ਇਹਦੇ ਲਈ ਇੱਕ ਕੋਰਸ ਹੁੰਦਾ ਐਕਟਿੰਗ ਦਾ, ਮਾਡਲਿੰਗ ਦਾ, ਤੂੰ ਉਹ ਕੋਰਸ ਕਰ, ਵੈਸੇ ਐਕਟਿੰਗ ਦਾ ਹੁੰਦਾ ਹੈ। ਅਤੇ ਮੈਂ ਆਪਣਾ ਚੰਡੀਗੜ੍ਹ ਹੈਗਾ ਜਸਪਾਲ ਭੱਟੀ ਦਾ ਫਿਲਮ ਸਕੂਲ ਮੈਡ ਆਰਟਸ, ਅਤੇ ਮੈਂ ਉੱਥੇ ਐਡਮਿਸ਼ਨ ਲਿੱਤੀ, ਅਤੇ ਐਕਟਿੰਗ ਦਾ ਕੋਰਸ ਸੀਗਾ। ਉਹ ਬੇਸਿਕਸ ਆਪਣੇ ਸਿਖਾਉਂਦੇ ਨੇ ਕਿ ਕੈਮਰੇ ਨੂੰ ਤੁਸੀਂ ਕਿੱਦਾਂ ਫੋਲੋ ਕਰਨਾ ਇੱਦਾਂ, ਅਤੇ ਉੱਥੇ ਮੈਂ ਸਾਰਾ ਕੁਛ ਉਹ ਸਿੱਖਿਆ, ਅਤੇ ਬੜਾ ਜੀ ਲੱਗਿਆ ਜਾਣੀ ਮੇਰਾ ਉਹ ਕੰਮ 'ਚ। ਉਸ ਤੋਂ ਬਾਅਦ ਮੈਂ ਟਰਾਈ ਵੀ ਕਰਨਾ ਸ਼ੁਰੂ ਕਰਤਾ ਆਪਣੇ ਪੰਜਾਬ ਦੇ ਵਿੱਚ, ਜਿੱਥੇ ਚੰਡੀਗੜ੍ਹ ਹੁੰਦੇ ਸੀ ਆਡੀਸ਼ਨਸ ਵਗੈਰਾ ਮੂਵੀ ਦੇ, ਮੈਂ ਉਹ ਵੀ ਦੇਣੇ। ਅਤੇ ਅਗਰ ਉਸ ਟਾਈਮ 'ਤੇ ਕੀ ਚੱਲਦਾ ਸੀਗਾ, ਉਸ ਟਾਈਮ 'ਤੇ ਸਿੰਗਰ ਮਤਲਬ ਹਰੇਕ ਮਾਡਲ ਨੂੰ ਲੈਂਦੇ ਹੀ ਲੈਂਦੇ ਸੀਗੇ, ਕਿ ਸਿੰਗਰ ਅਲੱਗ ਤੋਂ ਆਉਂਦਾ ਹੁੰਦਾ ਸੀ, ਇੱਕ ਮਾਡਲ ਮੁੰਡਾ ਕੁੜੀ ਅਲੱਗ ਤੋਂ ਹੁੰਦੇ ਸੀ। ਅੱਜ ਕੱਲ੍ਹ ਕੀ ਹੋਣ ਲੱਗ ਗਿਆ, ਅੱਜ ਕੱਲ੍ਹ ਤਾਂ ਸਾਰੇ ਸਿੰਗਰ ਹੀ ਆਪ ਹੀ ਮਤਲਬ ਉਹ ਕਰਦੇ ਆ, ਸੌਂਗਸ ਦੇ ਵਿੱਚ ਆਉਂਦੇ ਆ, ਅਤੇ ਅੱਜ ਕੱਲ੍ਹ ਤਾਂ ਕੋਈ ਮਾਡਲ ਮੈਨੂੰ ਲੱਗਦਾ ਹੁੰਦਾ ਹੀ ਨਹੀਂ ਹੈਗਾ, ਅਤੇ ਓਪੋਜ਼ਿਟ ਰੋਲ ਦੇ ਵਿੱਚ ਸ਼ਾਇਦ ਹੁੰਦਾ ਆ। ਅਤੇ ਉਸ ਤੋਂ ਬਾਅਦ ਕੀ ਹੋਇਆ, ਚੰਡੀਗੜ੍ਹ ਆਪਣੇ ਪੰਜਾਬ ਦੇ ਵਿੱਚ ਮੈਨੂੰ ਲੱਗਿਆ ਨਹੀਂ ਕਿ ਇੰਨਾ ਹੈਗਾ। ਮੈਨੂੰ ਕਿਸੇ ਨੇ ਕਿਹਾ ਕਿ ਯਾਰ ਤੂੰ ਬੋਂਬੇ ਜਾ, ਕਿ ਜਿਹੜੀਆਂ ਤੇਰੀਆਂ ਲੁੱਕਸ ਨੇ ਉਹ ਵੀ ਮਤਲਬ ਹਿੰਦੀ ਸੀਰੀਅਲ ਮੂਵੀਜ਼ ਟਾਈਪ ਨੇ, ਹੈ ਨਾ। ਅਤੇ ਏਜ ਵੀ ਘੱਟ ਸੀਗੀ ਮੇਰੀ ਉਦੋਂ, ਘਰਦਿਆਂ ਨੇ ਮੈਨੂੰ ਜਾਣ ਨਹੀਂ ਦਿੱਤਾ ਹੈਗਾ, ਕਹਿੰਦੇ ਵੀ ਤੂੰ ਇੰਨਾ ਛੋਟਾ ਆ ਵੀ ਨਹੀਂ, ਤੈਨੂੰ ਕੁਛ ਪਤਾ ਨਹੀਂ ਹੈਗਾ, ਕਿਉਂ ਪਿੰਡ 'ਚ ਰਹਿੰਦਾ ਸੀ ਮੈਂ ਇੱਕ, ਫਿਰ ਵੀ ਫਰਕ ਹੁੰਦਾ ਆ ਹੈ ਨਾ ਬੰਦੇ ਦਾ। ਅਤੇ ਮੈਂ ਚਲੋ ਘਰਦਿਆਂ ਨਾਲ ਲੜਕੇ ਜਿਵੇਂ ਵੀ ਹੈ ਕਿ ਮੈਂ ਤਾਂ ਜਾਣਾ ਆ, ਮੈਨੂੰ ਨਹੀਂ ਪਤਾ ਕਿ ਮੈਂ ਤਾਂ ਐਕਟਰ ਬਣਨਾ ਹੈਗਾ, ਅਤੇ ਮੈਂ ਚਲਾ ਗਿਆ। ਇਹ ਗੱਲ ਹੈਗੀ ਆ ਅੱਜ ਤੋਂ 10 ਸਾਲ ਪਹਿਲਾਂ ਦੀ। ਅਤੇ ਉੱਥੇ ਮੈਂ ਬੋਂਬੇ ਗਿਆ, ਅਤੇ ਬੋਂਬੇ ਕਾਫੀ ਬਹੁਤ ਜ਼ਿਆਦਾ ਸਟਰਗਲ ਸੀਗੀ ਬੋਂਬੇ ਦਾ। ਅਤੇ ਰਿਹਾ ਉੱਥੇ ਮੈਂ ਘਰਦਿਆਂ ਦਾ ਇਕੱਲਾ ਇਕੱਲਾ ਸੀਗਾ, ਅਤੇ ਕੁਛ ਕਦੇ ਘਰਦਿਆਂ ਤੋਂ ਦੂਰ ਵੀ ਨਹੀਂ ਰਿਹਾ ਸੀਗਾ। ਮੈਨੂੰ ਥੋੜ੍ਹਾ ਜਿਹਾ ਹੋਣ ਲੱਗ ਗਿਆ ਕਿ ਯਾਰ ਰਹਿਣਾ ਔਖਾ ਲੱਗਦਾ ਮੈਨੂੰ ਘਰਦਿਆਂ ਤੋਂ ਬਿਨਾਂ, ਅਤੇ ਪਤਾ ਨਹੀਂ ਕਿਉਂ ਮਤਲਬ ਇੱਕ ਕੰਮ ਨਹੀਂ ਮਿਲਿਆ ਹੈਗਾ, ਤਾਂ 6 ਮਹੀਨੇ ਮੈਨੂੰ ਨਹੀਂ ਕੰਮ ਮਿਲਿਆ ਉੱਥੇ, ਮੈਂ 6 ਮਹੀਨੇ ਰਿਹਾ। ਉਹਦੇ ਕਰਕੇ ਵੀ ਸ਼ਾਇਦ ਮੈਂ ਥੋੜ੍ਹਾ ਨੈਗੇਟਿਵਿਟੀ ਆਉਣ ਲੱਗ ਗਈ ਅੰਦਰ ਮੇਰੇ, ਅਤੇ ਉਸ ਤੋਂ ਬਾਅਦ ਫਿਰ ਮੈਂ ਵਾਪਸ ਆ ਗਿਆ ਪੰਜਾਬ। ਮੈਨੂੰ ਲੱਗਿਆ ਕਿ ਸ਼ਾਇਦ ਮੈਂ ਨਹੀਂ, ਇਹ ਲਾਈਨ ਨਹੀਂ ਬਣੀ ਸ਼ਾਇਦ ਮੇਰੇ ਵਾਸਤੇ। ਜਦੋਂ ਬੋਂਬੇ ਮੈਨੂੰ 6 ਮਹੀਨੇ ਕੰਮ ਨਾ ਮਿਲਿਆ, ਮੈਨੂੰ ਲੱਗਣ ਲੱਗਿਆ ਕਿ ਮੈਂ ਕਿਤੇ ਘਰਦਿਆਂ ਦੇ ਪੈਸੇ ਵੇਸਟ ਕਰ ਰਿਹਾ, ਅਤੇ ਮੈਨੂੰ ਵਾਪਸ ਚਲੇ ਜਾਣਾ ਚਾਹੀਦਾ। ਅਤੇ ਮੈਂ ਫਿਰ, ਇਹ ਵੀ ਇੱਕ ਮੇਰੇ ਮਨ 'ਚ ਗੱਲ ਸੀਗੀ,
मैं पंजाब आ गया, मैं कहा चलो पंजाब जाके देखते हैं तो इतने जोड़ा बॉम्बे इन्ना खर्चा हो रहा उ अपने तो खर्चा अपने मतलब जिम जुम जावे डाइट वगैरह लवेंगे वधिया बहर रह के थोड़ा ये चीज़ा ध्यान नहीं रखा जाता चलो उत्थे फिर ट्राई करते हैं वापस जाके। तो मैं पंजाब आ गया से फिर पंजाब आके अपना मैंने इतने एक दो छोटी रोल भी किए मूवीज़ भी किया काम सोंग्स भी किया। तो उस तो बाद की होया उस तो बाद फिर जदों मेरी मैरिज हो गई फिर मैरिज भी घरदे ने कहा कहिंदे भी हुण एज हो गई तेरी भी करा ला। चलो फिर मैं जदों विआह हो गया उस तो बाद फिर मैं सोचिया कि यार ये कोई पक्की इनकम तो है नहीं इधरों इधर एक्टिंग च मॉडलिंग च काम मिलता है मिले ना मिले साल साल ना मिले दो साल तीन साल ना मिले तो मिलता है एक बार तो फिर इदा का फिर घर भी नहीं मतलब चलना है। तो मैं ये भी लगे चलो फिर मैं जॉब करन लग गया फिर वो वाली लाइन अपनी छड़ती मैंने बिल्कुल ही एक्टिंग मॉडलिंग वाली एक गल होनी 2015-16 की। उस तो बाद नहीं फिर मैं मैंने एक दो बार कॉल भी आई अपना जिहड़ा सावधान इंडिया आना हुंदा इदां दे कुछ सीरियल वास्ते चंडीगढ़ तो आई मैं ऑडिशन दिते हुए सी बहुत ऑडिशन दिते हुए सी पहला। तो फिर मैं कहा कि नहीं हूँ तो भी मैं नहीं कर सकता क्योंकि हफ्ते हफ्ते का शूट सीगा हफ्ते हफ्ते फिर मैं नहीं काम कर सकता सी ते नाले एक बार मैं मौका मिल भी जाता तो मुड़ के फिर किहड़ा पता है कि मिले ना मिले किन्ने ही तुसी देखते हो बेरोजगार ने एक्टर मॉडलिंग वगैरह जिहड़े वधिया वधिया जिन्होंने मूवीज़ कीतियां ने मैं बहुत नूं देखदा आ मैनू शौक है मैनू फोटो खिंचन का शौक बहुत है वीडियो बनाने का बहुत शौक है। मैं थोनों दसदा यूट्यूब तो मैं अज तो 4-5 साल पहला जदों अपने पंजाब तो नहीं कोई चला हों मैनू शौक पिया जे मुंडे बाइक पर जाते घूमते उन्होंने देख के थोड़ा जहा मैं हो यार आप इदा का कुछ करते हैं कि मैं वधिया लगता घूमन फिरन का तो मैं शौक है ही है फिर बहुत। फिर मैं सोचा तो 2017-18 की गल है वो पर मैं कैमरा भी लैता एक 2017-18 वो लैता तो पर जॉब करता सी टाइम नहीं मिले है मैं वो फिर इदा ही रह गया बिच ही काम फिर चैनल बनाया वो फिर बस इदा ही रह गया। तो उस तो बाद फिर जो लॉकडाउन होया करोना हो आया सीगा तो उदों 2020 उदों फिर मैं लग्या यार कि फिर मैंने जॉब छड़नी पई सी मैनू किसी रीज़न करके तो फिर मैं लग्या यार कि आपां उधर अपना काम करते हैं कुछ वीडियो बनाउण दा जिहड़ा हैगा सी शौक आपां नूं ये आपां रखदे हां अगे। फिर वो मैं करन लग्या थोड़ा थोड़ा जिवें फिर मैं सुनिया सीगा अजकल ये फैशन सीगा यूट्यूब ते ब्लॉग्स दा कि सारे लोग इदां इदां करदे आ फैमिली ब्लॉग बहुत बनाते हैं सारे लगता शायद मैं भी फैमिली ब्लॉग ता ही बना कि फेमस हो जाइए आप वागू क्योंकि वैसे मैनू शौक सीगा मोटो ब्लॉगिंग का कि बाइक पर जाके अपना वधिया घूमना फिरना शौक मैनू उहदा सी। फैमिली ब्लॉग तो मैं ता बनाने पै रहे क्योंकि मैं हुण रहना ही घरे आ ज़्यादातर मैं बाहर अंदर नहीं जाता हूँ तो मैं फैमिली नाल ही टाइम स्पेंड करदा बहुत ज़्यादा तो फिर मेरे को कुछ बनाने होर हुंदा नहीं मतलब कैमरे नाल होर मैं कुछ कर नहीं सकता फिर मैं घर ही अपना जो हुंदा जां इधर माड़ा मोटा कितें जाना फिर मैं शूट करता रहना। मैंने बहुत लोगों ने कहा कि यार तू तेरे ब्लॉग्स वधिया बन सकते ने वीडियोज़ तू इदा कर अपने आप में इदा चेंज कर अपने आप में इदा बोल या कर ये मैं वैसे शुरू तो नहीं किया या पता नहीं क्यों मेरी नेचर है हुण मैं जिदा का हैगा मैं तो उदा ही रहना आ मैं चल अपना काम चलाने पिछे किसी को कॉपी करा या होर की तरह करा वो मैं नहीं कर सकता चाहे कम मेरे वीडियोज़ कोई देखे चाहे ना देखे क्योंकि मैं अपने शौक लिए काम करना जिदा मैनू वधिया लगता मैं उदा ही काम करना आ उदा मैं किसी की रीस नहीं करनी है कि ना ही किसी के कहते कि तू इदा बना उदा बना। मैनू एक बंदा कहना भी यार तेरे वीडियोज़ से कोई हसदा है भी मैं कह जी वीडियो बना वधिया नहीं मतलब मजाक उड़ा मेरा मैं उन्होंने कहना चाहना कि मैनू तो 10-15 साल हो गए ये काम करते मैनू कोई ये कोई हसे चाहे कुछ करे वो कोई गल नहीं चलो वधिया जो भी हसदा तो वधिया ही है चलो आप किसी हसाने वधिया गल ही है
हाँ ये जरूर हो जाता अगर कोई थोनों हल्लाशेरी दिंदा थोड़े काम में कोई वधिया कहिंदा तां तुसीं फिर थोड़ा जा थोड़े च एक आ जाती है कि पॉजिटिव हो जाने तुसीं थोड़ा जा तुसीं होर कुछ वधिया करन दी कोशिश करदे हो। ये गल जरूर हैगी है, ये फर्क जरूर हैगा कि लोग जो थोनों देखते हैं थोड़ा थोड़े काम में कहिंदे हैं कि वधिया तां फिर जरूर तुसीं अगे भी वधिया काम करदे हो। बाकी मैं बहुत कुछ सोचा हुआ अगे वास्ते वीडियोज़ बनाने वास्ते, मतलब बहुत बहुत वधिया कंटेंट लैके आने मैं वीडियोज़ बहुत वधिया बनाउणियां ने। कदे भी मेरा वीडियो पिछे नहीं हुंदा कोई हर्ट होवे बंदा किसी दीआं फीलिंग्स हर्ट हो, मैं किसी नूं दुख लगे मेरी वीडियो ना वधिया लगे इदां दा मैं कदे नहीं मतलब बनाया कुछ ना अगे बनाउणा। तो हाँ 100% जैनुअन वीडियो बनाउणे आपां, कोई फालतू की वह नहीं हुंदी अपनी वीडियो। ये जिहड़ा कीड़ा है मेरे अंदर कैमरे अगे आउण दा जां कैमरा चलाउण दा ये हमेशा ही इदा रहूगा, ये मैं कर भी रहा क्योंकि शौक है मेरा, मैं वधिया लगता तो मैं ये करता ही रहना है, मतलब वीडियो वगैरह तो मैं बनाते ही रहना। बाकी मेरे चैनल नूं सबसक्राइब करना ना भुल्यो, सारे सबसक्राइब कर लियो। थैंक यू जी सारयां दा।